मामूली जी गड्डी लगन के कारण टैक्सी चालक के वलों हंगामा किया गया और सड़क के उत्ते ही जाम लगा दिता गया। दरअसल मामला कुछ इस तरह है कि लुधियाना की गिल नहर रोड के उत्ते दसिया जा रहा है कि जो एक टैक्सी चालक कुछ सवारियों को छड़ के वापसी कर रहा है तो एक कार ओवरटेक करते समय टैक्सी नू माड़ी जी टच हो जाती है। हालांकि इस तो बाद दसिया जा रहा है कि जो कार सवार सी वो गड्डी दे विच्चों उतरते हैं अते टैक्सी चालक नू गाला कड़न लगते हैं। हालांकि जो गड्डी दे विच्चों उतरिया शख्स उसके नाल एक औरत भी सी, वो औरत दे अगे भी लगातार उसके वलों गाला कड़िया गई, जिस तो बाद टैक्सी चालक ने उसनू चुप कराने की कोशिश की तो उसने पुलिस नू सद लिया, जिस तो बाद दस्या जा रहा है कि पुलिस की मौजूदगी दे विच्च टैक्सी चालक दे नाल कुटमार की गई ते पुलिस मुलाजम सिर्फ दर्शक बन के उत्थे खड़े रहे। अजिहे इल्जाम टैक्सी चालक दे वल्लों लगाए गए ने। हालांकि बाद दे विच टैक्सी चालक ने जदों अपने साथियों नूं फोन करके मौके दे उत्ते सद्या तां उसने इल्जाम लगाए कि पुलिस मुलाजमां ने उस शख्स नूं इत्थों रफू चक्कर कर दिता, जिस तों बाद गुस्से च आए टैक्सी चालकां दे वल्लों सड़क दे उत्ते जाम लगा के इंसाफ दी गुहार लगाई गई है। तां लुधियाणा तों इह मामला सामने आया जिथे कि टैक्सी चालकां दे वल्लों हंगामा किया गया, एक टैक्सी चालक दे नाल कुटमार दे इल्जाम लगे ने ते पुलिस उत्थे खड़ी दर्शक बन के देखती रही, एक कहना है टैक्सी चालक का। हालांकि इस तो इलावा जो उत्थे मौके दे उत्ते बहस हुई है उस दियां भी ये तस्वीरां सामने आईयां ने। ਭਾਜੀ ਹਰਸ਼ ਵਰਮਾ ਵੱਡੀ ਹੈਬੋਆ ਲੁਧਿਆਣਾ। ਅੱਜ ਕੀ ਹੋਇਆ ਵਾ ਇੱਥੇ? ਭਾਜੀ ਮੈਂ ਉਧਰੋਂ ਡੇਲੋ ਤੋਂ ਆ ਰਿਹਾ ਸੀਗਾ, ਪਿੱਛੋਂ ਆ ਰਹੀ ਗੱਡੀ ਓਵਰਟੇਕ ਕਰਦੀ ਪਈ, ਉਹਨੇ ਵਿੱਚ ਲਿਆ ਕੇ ਮਾਰੀ, ਉਹ ਪਰੇ ਗੱਡੀ ਖੜੀ ਹੈ ਜੀ। ਅਸੀਂ ਉਤਰੇ ਗੱਡੀ 'ਚੋਂ, ਠੀਕ ਹੈ, ਉਹਦੇ ਨਾਲ ਲੇਡੀ ਸੀ, ਉਹਨੇ ਉਤਰਦੇ ਸਾਰ ਗਾਲਾਂ ਕੱਢਣੀ ਸ਼ੁਰੂ ਕੀਤੀ। ਮੈਂ ਕਿਹਾ ਸ਼ਰਮ ਕਰ, ਤੇਰੇ ਨਾਲ ਲੇਡੀ ਸਾ, ਉਹਨੇ ਹੋਰ ਗਾਲਾਂ ਕੱਢੀਆਂ, ਉਸ ਤੋਂ ਸਾਡੇ ਬੰਦੇ ਨੇ ਗਾਲੀ ਗਲੋਚ ਕੀਤਾ, ਉਸ ਤੋਂ ਬਾਅਦ ਉਹਨੇ ਮਿੰਟ ਬੰਦੇ ਇਕੱਠੇ ਕਰ ਲਏ, ਉਹਨੇ ਥੱਪੜ ਹੱਥੋਂ ਪਾਈ ਕੀਤੀ, ਮੈਨੂੰ ਥੱਪੜ ਮਾਰੇ। ਤੁਹਾਡੀ ਕਿਹੜੀ ਕਾਰ ਹੈ? ਮੇਰੀ ਡਿਜ਼ਾਇਰ ਕਾਰ ਹੈ, ਟੈਕਸੀ ਨੰਬਰ ਕਾਰ ਹੈ, ਹੱਥੋਂ ਪਾਈ ਕੀਤੀ, ਉਹਨਾਂ ਨੇ ਮਿੰਟੋ ਮਿੰਟ ਬੰਦੇ ਆ ਗਏ, ਪੰਜਾਬ ਪੁਲਿਸ ਆ ਗਈ, ਪੰਜਾਬ ਪੁਲਿਸ ਦੇ ਸਾਹਮਣੇ ਉਹਨਾਂ ਨੇ ਮੈਨੂੰ ਚਪੇੜਾ ਮਾਰਿਆ, ਉਹਨਾਂ ਨੇ ਕਿਰਪਾਨਾ ਕੱਢਿਆ, ਮੇਰੇ ਤੋਂ ਵੀਡੀਓ ਬਣੀ ਪਈ ਆ, ਉਹਨਾਂ ਨੇ ਕਿਰਪਾਨਾ ਕੱਢਿਆ, ਕਿਰਪਾਨਾ ਕੱਢ ਕੇ ਮਾਰਨ ਦਿਆ, ਪੁਲਿਸ ਵਾਲੇ ਨੇ ਉਹਨਾਂ ਗੱਡੀ ਭਜਾਤੀ, ਮੈਨੂੰ ਇਕੱਲੇ ਪੁਲਿਸ ਵਾਲੇ ਸ਼ਕਲ ਵੀ ਯਾਦ ਹੈ ਜਿਹਨੇ ਭਜਾਈ ਹੈ ਵੀਡੀਓ ਬਣੀ। ਭਾਜੀ ਉਹ ਮੰਤਰੀ ਦੇ ਬੰਦੇ ਸੀਗੇ, ਕਹਿੰਦੇ ਤੈਨੂੰ ਬਾਅਦ ਚੋਂ ਦੇਖ ਲਾਂਗੇ। ਇੱਕ ਮਿੰਟ ਵੀਡੀਓ ਦਿਖਾਉਂਦੇ ਭਾਜੀ, ਅਸੀਂ ਟੈਕਸ ਭਰਦੇ ਹਾਂ, ਮੇਰਾ ਨਾਂ ਅਸ਼ਵਨੀ ਕੁਮਾਰ ਆ, ਅਸੀਂ ਪੰਜਾਬ ਦਾ ਔਰ ਹਰ ਸਟੇਟ ਦਾ ਟੈਕਸ ਭਰਦੇ ਹਾਂ। ਇੱਕ ਮਿੰਟ ਕਹਿੰਦਾ ਸਾਹਿਬ, ਅਸੀਂ ਹਰ ਸਟੇਟ ਦਾ ਟੈਕਸ ਭਰਦੇ ਹਾਂ, ਸਾਡੀ ਪੰਜਾਬ ਪੁਲਿਸ ਸਾਡੇ 'ਤੇ ਹੀ ਧੱਕਾ ਕਰੇਗੀ? ਇਹਦਾ ਮਤਲਬ ਕੀ? ਉਹ ਗੁੰਡਾ ਰਾਜ ਆ, ਧਮਕੀ ਦਿੱਤੀ, ਉਹ ਜਿਹਦੀ ਗੱਡੀ ਆ ਉਹ ਕਹਿੰਦਾ ਤੁਸੀਂ ਜੋ ਪੱਟ ਸਕਦੇ ਹੋ ਪੱਟ ਲਓ, ਪ੍ਰਸ਼ਾਸਨ ਨੂੰ ਇਹੀ ਮੰਗ ਹੈ ਕਿ ਜੋ ਉਹਦੇ ਨਾਲ ਬਣਦੀ ਕਾਰਵਾਈ ਹੈ ਇੱਥੇ ਬੁਲਾ ਕੇ ਸਾਡੇ ਟੈਕਸੀ ਭਰਾਵਾਂ ਦੇ ਸਾਹਮਣੇ ਆਉਂਦੀ ਬਣਦੀ ਕਾਰਵਾਈ ਕੀਤੀ ਜਾਵੇ, ਸਾਡੇ ਵੱਲੋਂ ਜਾਮ ਖੋਲਿਆ ਜਾਏ। ਜੇ ਸਾਡੇ ਵੱਲੋਂ ਕਾਰਵਾਈ ਉਹਨਾਂ ਭਰਾਵਾਂ ਦੀ ਨਹੀਂ ਹੁੰਦੀ, ਵੀਰ ਜੀ ਇਹਨਾਂ ਦਾ ਕੋਈ ਦੱਸ ਰਿਹਾ ਵੀ ਮੈਂ ਵੀ ਕੋਈ ਟੈਕਸੀ ਵਾਲਾ ਭਰਾ ਸੀਗਾ, ਉਹਦੇ ਨਾਲ ਕੋਈ ਗੱਡੀ ਵੱਜੀ, ਉਹ ਤੋਂ ਬਾਅਦ ਇਹਨਾਂ ਝਗੜਾ ਹੋ ਗਿਆ, ਇਹਨਾਂ ਨੂੰ ਗੁੱਸਾ ਸੀਗਾ ਤੇ ਉਹਨੇ ਕੋਈ ਇਹਨੂੰ ਗਾਲੀ ਗਲੋਚ ਕੀਤਾ, ਹਥਿਆਰ ਕੱਢੇ ਦੱਸਦੇ ਆ ਇਹ ਮੁੰਡੇ ਦੱਸ ਰਹੇ ਤੇ ਮੈਂ ਹੁਣੇ ਉਹਦੀ ਕਾਰਵਾਈ ਕਰ ਰਿਹਾ। ਕਿਹੜੇ ਥਾਣੇ ਦੇ ਅੰਦਰ ਪੈਂਦਾ ਜੀ ਏਰੀਆ? ਇਹ ਮੇਰੀ ਬਰਾਡੋ ਚੌਂਕੀ ਹੈ ਜੀ, ਮੈਂ ਚੌਂਕੀ 'ਚ ਜਾ ਰਿਹਾ। ਸਾਰੇ ਬਰਾਬਰ ਆ ਜੀ, ਆਪਣੀ ਸਾਰੀ।